ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ GDS ਐਜੂਕੇਸ਼ਨ ਦੇ ਵਿੱਚ। ਦੋਸਤੋ, ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਅਧੀਨ ਚੋਣ ਸੇਵਾਵਾਂ ਬੋਰਡ ਪੰਜਾਬ ਵੱਲੋਂ ਜੋ ਅਸਾਮੀਆਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ, ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਅਸਾਮੀਆਂ ਹਨ, ਉਸ ਦੀਆਂ ਕਿੰਨੀ ਗਿਣਤੀ ਹੈ ਅਤੇ ਉਸ ਦੇ ਲਈ ਜੋ ਕੁਆਲੀਫਿਕੇਸ਼ਨ ਕੀ ਹੈ, ਫਿਜ਼ੀਕਲੀ ਯੋਗਤਾ ਉਸ ਦੀ ਕੀ ਹੈ, ਉਹ ਸਾਰੇ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੋ ਜਿਹੜੇ ਵੀ ਦੋਸਤਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਇਸ ਚੈਨਲ ਦੇ ਉੱਪਰ ਜੋ ਵੀ ਵੀਡੀਓ ਹੋਊ ਉਹਨਾਂ ਸਾਰਿਆਂ ਦਾ ਜੋ ਨੋਟੀਫਿਕੇਸ਼ਨ ਉਹ ਸਭ ਤੋਂ ਪਹਿਲਾਂ ਮਿਲ ਸਕੇ। ਉਸ ਤੋਂ ਇਲਾਵਾ ਇਸ ਚੈਨਲ ਦਾ ਜੋ ਟੈਲੀਗ੍ਰਾਮ ਗਰੁੱਪ ਹੈ ਅਤੇ ਇੱਕ ਫੇਸਬੁੱਕ ਪੇਜ ਹੈ, ਉਸ ਦਾ ਲਿੰਕ ਵੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ, ਤੁਸੀਂ ਉਸ ਨੂੰ ਵੀ ਫੋਲੋ ਕਰ ਸਕਦੇ ਹੋ। ਉੱਥੇ ਵੀ ਜੋ ਤੁਹਾਨੂੰ ਬਹੁਤ ਸਾਰੀ ਜੋ ਇਨਫੋਰਮੇਸ਼ਨ ਆ ਉਹ ਮਿਲਦੀ ਰਹਿੰਦੀ ਹੈ ਅਤੇ ਜੋ ਕਿ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ ਹੀ ਬਹੁਤ ਹੀ ਮਦਦਗਾਰ ਸਾਬਤ ਹੋਵੇਗੀ। ਸੋ ਆਪਾਂ ਵੀਡੀਓ ਦੇ ਵਿੱਚ ਸ਼ੁਰੂ ਕਰਦੇ ਹਾਂ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਵਧੀਕ ਡਾਇਰੈਕਟਰ ਜਨਰਲ ਪੁਲਿਸ ਜੇਲ੍ਹਾਂ ਵਿੱਚ ਗਰੁੱਪ ਸੀ, ਵਾਰਡਰ ਅਤੇ ਮੈਟਰਨ ਦੀਆਂ ਖਾਲੀ ਪੋਸਟਾਂ ਦੀ ਜੋ ਅਸਾਮੀਆਂ ਉਹ ਜਾਰੀ ਕੀਤੀਆਂ ਗਈਆਂ ਨੇ। ਪੋਸਟਾਂ ਦੀ ਜੋ ਗਿਣਤੀ ਹੈ, ਜੇ ਆਪਾਂ ਗਿਣਤੀ ਦੀ ਗੱਲ ਕਰੀਏ, ਜੋ ਵਾਰਡਰ ਹੈ ਉਹਦੀਆਂ 179 ਪੋਸਟਾਂ ਨੇ, ਮੈਟਰਨ ਦੀਆਂ ਹੈਗੀਆਂ ਨੇ 4 ਪੋਸਟਾਂ। ਸੋ ਇਹਦੇ ਵਿੱਚ ਜੋ ਗੱਲ ਕਰੀਏ ਅੱਗੇ ਵਿੱਦਿਅਕ ਯੋਗਤਾ ਦੀ, ਵਿੱਦਿਅਕ ਯੋਗਤਾ ਇਹਦੇ ਵਿੱਚ ਜੋ ਮਿਨੀਮਮ ਹੈ ਉਹ +2 ਪਾਸ ਹੋਣਾ ਚਾਹੀਦਾ। +2 ਪਾਸ ਤੋਂ ਮਿਨੀਮਮ ਹੈ, ਉਸ ਤੋਂ ਉੱਪਰ ਕਿੰਨੀ ਵੀ ਹੋ ਸਕਦੀ ਹੈ, ਕੋਈ ਗ੍ਰੈਜੂਏਟ ਹੋ ਸਕਦੀ ਹੈ, ਮਾਸਟਰ ਡਿਗਰੀ ਹੋ ਸਕਦੀ ਹੈ। ਉਸ ਤੋਂ ਬਾਅਦ ਜੋ ਫਿਜ਼ੀਕਲ ਯੋਗਤਾ ਹੈ, ਫਿਜ਼ੀਕਲ ਯੋਗਤਾ ਦੇ ਵਿੱਚ ਜੋ ਕੱਦ ਹੈ ਉਹ ਜੋ ਮੁੰਡਿਆਂ ਦਾ ਰੱਖਿਆ ਗਿਆ ਹੈ ਪੁਰਸ਼ ਦਾ, ਉਹ 5'7", ਘੱਟੋ ਘੱਟ ਛਾਤੀ ਬਿਨਾਂ ਫੁਲਾਏ 33", ਫੁਲਾ ਕੇ 35.5". ਜੋ ਇਸਤਰੀ ਹੈ, ਜੋ ਲੜਕੀਆਂ ਲਈ ਹੈ ਕੱਦ ਦੀ, ਉਹ 5'3" ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੋ ਉਮਰ ਦੀ ਹੱਦ, ਉਮਰ ਦੀ ਹੱਦ ਹੈ ਜੋ 18-27 ਸਾਲ ਹੋਣੀ ਚਾਹੀਦੀ ਹੈ। SC ਅਤੇ BC ਜੋ ਕੈਟੇਗਰੀ ਦੇ ਅਧੀਨ ਕੈਂਡੀਡੇਟ ਆਉਂਦੇ ਨੇ ਉਹਨਾਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ, ਮਤਲਬ ਕਿ 27 ਸਾਲ ਪਲੱਸ 5 ਸਾਲ ਕਰ ਲਓ। ਅਤੇ ਜੋ ਇਸ ਦੀ ਆਪਾਂ ਅੱਗੇ ਫੀਸ ਦੀ ਗੱਲ ਕਰੀਏ, ਫੀਸ ਦੇ ਵਿੱਚ ਇਸ ਦਾ ਜੋ ਹੈ 1,000 ਰੁਪਇਆ ਜਨਰਲ ਲਈ ਇਸ ਦੀ ਫੀਸ ਹੈ, 250 ਰੁਪਇਆ SC ST BC ਲਈ, 200 ਰੁਪਇਆ ਜੋ ਫੀਸ ਹੈ ਉਹ ਹੈ ਸਾਬਕਾ ਫੌਜੀਆਂ ਲਈ, ਮਤਲਬ ਜਿਹੜੇ ਆਪਣੇ ਸਾਬਕਾ ਜੋ ਐਕਸ ਸਰਵਿਸਮੈਨ ਨੇਗੇ, ਰਿਟਾਇਰਡ ਨੇ। ਸੋ ਇਸ ਜੋ ਫਾਰਮ ਭਰਨ ਦੀ ਜੋ ਅੰਤਮ ਮਿਤੀ ਆ ਉਹ 20/8/2024 ਹੈ। ਸੋ ਜਿਹੜੇ ਵੀ ਕੈਂਡੀਡੇਟ ਦੀ ਯੋਗਤਾ ਇਸ ਪੋਸਟ ਦੇ ਲਈ ਬਣਦੀ ਹੈ, ਸੋ ਉਹ ਜਲਦੀ ਤੋਂ ਜਲਦੀ ਇਸ ਪੋਸਟ ਦਾ ਜੋ ਫਾਰਮ ਫਿਲ ਕਰ ਸਕਦੇ ਹਨ ਅਤੇ ਆਪਣੇ ਜੋ ਫਿਜ਼ੀਕਲ ਯੋਗਤਾ ਹੈ ਉਸ ਦੀ ਤਿਆਰੀ ਕਰ ਸਕਦੇ ਹਨ, ਕਿਉਂਕਿ ਇਹ ਸਾਰਿਆਂ ਲਈ ਬਹੁਤ ਹੀ ਵਧੀਆ ਮੌਕਾ ਹੈ, ਕਿਉਂਕਿ ਇਸ ਦੇ ਵਿੱਚ ਜੋ ਕੁਆਲੀਫਿਕੇਸ਼ਨ ਹੈ +2 ਮੰਗੀ ਗਈ ਹੈ। +2 ਹਰ ਇੱਕ ਨੇ ਤਕਰੀਬਨ ਕੀਤੀ ਹੁੰਦੀ ਹੈ, ਸੋ ਇਹ ਇਸ ਲਈ ਤੁਹਾਨੂੰ ਮਿਨੀਮਮ +2 ਚਾਹੀਦੀ ਹੈ। ਮੈਕਸੀਮਮ ਤੁਹਾਡੀ ਕੋਈ ਵੀ ਹੋ ਸਕਦੀ ਹੈ, ਗ੍ਰੈਜੂਏਟ ਜਾਂ ਮਾਸਟਰ ਗ੍ਰੈਜੂਏਟ, ਜ਼ਰੂਰੀ ਨਹੀਂ ਹੈ ਕਿ ਤੁਸੀਂ ਮਾਸਟਰ ਪੋਸਟ ਗ੍ਰੈਜੂਏਟ ਜਾਂ ਆਪਣੇ ਗ੍ਰੈਜੂਏਟ ਹੋਣੇ ਚਾਹੀਦੇ ਹੋ, ਤੁਹਾਡੀ ਜੋ ਮਿਨੀਮਮ ਹੈ +2 ਮੰਗੀ ਗਈ ਹੈ। ਸੋ ਜਿਹੜੇ ਜਿਹੜੇ ਵੀ ਕੈਂਡੀਡੇਟ ਦੇ ਇਸ ਦੇ ਵਿੱਚ ਆਉਂਦੇ ਨੇ ਉਹ ਆਪਣੀ ਇਸ ਫਾਰਮ ਨੂੰ ਭਰਨ ਅਤੇ ਇਸ ਦੀ ਤਿਆਰੀ ਕਰਨ ਅਤੇ ਉਹ ਜਲਦੀ ਤੋਂ ਜਲਦੀ ਨੌਕਰੀ ਪ੍ਰਾਪਤ ਕਰਨ। ਸੋ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ। ਜਿੰਨਾ ਵੀ ਹੋ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਜੋ ਕੈਂਡੀਡੇਟ ਨੇ ਇਸ ਪੋਸਟਾਂ ਦੇ ਵਿੱਚ ਆਪਣੇ ਫਾਰਮ ਭਰ ਸਕਣ ਅਤੇ ਨੌਕਰੀਆਂ ਪ੍ਰਾਪਤ ਕਰ ਸਕਣ।